ਰੱਖ ਕੇ ਜਾਣਾ, ਦੌੜਾ ਨੀ। ਐਸੇ ਥਿਉਰੀ ਤੇ ਰਹੇ ਇੱਥੇ ਖੜਾ ਦੇਖ ਲਓ ਮੇਰੇ ਵਰਗਾ, ਤੁਸੀਂ ਤਾਂ ਬਹੁਤ ਖੁਸ਼ ਹੋ ਯਾਰ। ਇੱਥੇ ਜੀ ਆਣੀ ਵਾਲੇ ਕਿੰਨੇ ਕਿੰਨੇ ਹੱਥ ਖੜਾ ਕਰਿਓ ਮਾੜਾ ਯਾਰ। ਕਿਵੇਂ ਝੋਟੇ ਹੋ, ਠੀਕ ਹੋ? ਠੀਕ ਆ ਜੀ, ਠੀਕ ਆ। ਸਮਝ ਲੱਗੇ, ਜਦੋਂ ਆਪਦੇ ਵੀਰ ਭਰਾ ਕਿਤੇ ਸ਼ੋਅ ਸ਼ੋਅ ਦੇਖਣ ਆਉਂਦੇ ਨੇ, ਬਹੁਤ ਸਵਾਦ ਆਉਂਦਾ ਯਾਰ, ਬਹੁਤ ਵਧੀਆ ਲੱਗਦਾ। ਹਾਏ ਹਾਏ, ਪੀ ਏ ਯੂ ਵੀ ਬਹੁਤ ਗੜੇ ਕੱਢੇ ਭਰਾ, ਪੀ ਏ ਯੂ ਵਾਲੇ ਵੀ ਜਾਂਦਾ ਵਾ, ਠੀਕ ਹੈ ਜੀ। ਕਲਾਕਾਰੀ ਸ਼ੁਰੂ ਕੀਤੀ ਨੂੰ, ਕਲਾਕਾਰੀ ਤਾਂ ਨੀ ਕਹੀਏ, ਪੰਗੇ ਲੈਣੇ ਸ਼ੁਰੂ ਕੀਤੇ ਨੂੰ ਅੱਜ 1 ਸਾਲ 2 ਮਹੀਨੇ ਹੋ ਗਏ। ਤੇ ਜਿਹੜੇ 10-10 ਸਾਲ ਗੋਡੇ ਘਸਾਈ ਜਾਂਦੇ ਸੀ, ਬਹੁਤ ਗਦੀਚੀਆਂ ਲੈਂਦੇ ਆ ਤੁਹਾਡੇ ਭਰਾ ਦੇ, ਉਹ ਸਾਡੇ ਕੋਲ ਹੀ ਗਿਆ, ਸਟੂਡੈਂਟ ਹੀ ਆਇਆ, ਗਾਣੇ ਫਿਲਮਾਂ ਚ ਆ ਜਾਂਦੇ, ਵੀ ਚੱਕਰ ਕੀ ਹੈ? ਗੱਲ ਪਤਾ ਕੀ ਹੈ, ਉੱਥੋਂ ਆਇਆ ਨਾ ਇਹ ਨੀ ਹਜਮ ਆਉਂਦਾ ਵੀ ਇੰਡੀਆ ਤੋਂ ਆ ਕੇ ਪੰਜੇ ਕੱਢਦਾ, ਇੰਡੀਆ ਨੂੰ ਇੰਡੀਆ ਨੂੰ ਵੀ ਕੈਨੇਡਾ ਤੋਂ ਆ ਕੇ ਸਾਡਾ ਵਿਕਣ ਦਿੰਦਾ ਕੁਛ, ਔਖੜਾ ਦੋਨੇ ਪਾਸੇ ਹੋ, ਤਾਂ ਹੀ ਤਾਂ ਫਿਰ ਗੱਲਾਂ ਬਾਤਾਂ ਜਿਹੀਆਂ ਹੁੰਦੀਆਂ, ਸਿੱਧੂ ਮੂਸੇ ਵਾਲਾ ਫਲਾਣੇ ਕਾ ਏਜੰਟ, ਅੱਜ ਨਵੀਂ ਨਵਾਂ ਜਿਹੜਾ ਕਿਹੜਾ ਵਾਲੀ ਕਿਹੜੀ ਏਜੰਸੀ ਦਾ ਏਜੰਟ ਬਣਾਇਆ ਪਿਆ ਮੈਨੂੰ, ਉਹ ਮੈਂ ਕਿਹਾ ਭਰਾ ਉਹ ਕਲਾਕਾਰ ਤਾਂ ਬਣ ਲੈਣ ਦਿਓ, ਏਜੰਟ ਵਾਲਾ ਬਾਅਦ ਚੋਂ ਦੇਖ ਲੈਂਗੇ। ਹੁਣ ਬਹੁਤ ਹੋ ਗਏ, 2-3 ਗਾਣੇ ਹੋ ਗਏ ਤੁਹਾਨੂੰ ਬੈਠਿਆਂ ਨੂੰ, ਅੱਜ ਤੋਂ ਬਾਅਦ ਮੈਂ ਕਹਿਣਾ ਨੀ, ਠੀਕ ਹੈ ਜੀ। ਹੁਣ ਜਿਹਨੂੰ ਜਿਹਨੂੰ ਸਵਾਦ ਜਾਓ ਆਪ ਹੀ ਲੱਗ ਜਾਓ, ਸ਼ਰਮ ਜਾਓ ਕਿ ਮੈਥੋਂ ਨਹੀਂ ਕਹਿਣਾ, ਠੀਕ ਹੈ ਜੀ। ਹਾਂ, ਮੈਨੂੰ ਨੱਚਣਾ ਨੀ ਆਉਂਦਾ, ਮੈਂ ਨੱਚੀ ਨਾ ਤੁਹਾਡੇ ਸਾਹਮਣੇ ਯਾਰ, ਤੁਸੀਂ ਤਾਂ ਕਮਾਲ ਕਰਦੇ ਹੋ ਜੀ। ਅਸੀਂ ਅੰਡਰਗਰਾਊਂਡ ਬੰਦੇ, ਉੱਪਰ ਤੱਕ ਮਾਰਾ ਨੇ, ਓਏ ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ ਦਾ, ਓ ਡਾਲਰਾਂ ਵਾਂਗੂ ਵੀ ਸਾਡਾ ਚੱਲਦਾ। ਤੁਹਾਨੂੰ ਪਤਾ, ਤੁਹਾਨੂੰ ਹੁਣ ਜਿਵੇਂ 10-11 ਵੀ ਸਾਲ ਕੋਈ ਕਲਾਕਾਰੀ ਚਾਹੇ ਨੂੰ, ਮੈਨੂੰ ਪਤਾ ਕਿਹੋ ਜਿਹਾ ਡਰਾਪੇ ਦਿੰਦੇ ਨੇ, ਬੜਾ ਐ ਨੀ ਕਰੀਦਾ ਹੁੰਦਾ, ਕੱਲ ਨੂੰ ਪਤਾ ਨੀ ਕੀ ਹੋਇਆ, ਫਿਰ ਮੈਂ ਕੱਲ ਦਾ ਠੇਕਾ ਲਿਆ। ਦੇਖੋ ਬਾਈ, ਬੰਦਾ ਮਿਹਨਤ ਕਰਦਾ ਕੁਛ ਬਣਨ ਲਈ, ਜੇ ਕੁਛ ਬਣ ਕੇ ਉਹ ਪ੍ਰਾਊਡ ਨਾ ਕਰੇ ਤਾਂ ਫਿਰ ਉਹ ਜੀ ਮਿਹਨਤ ਦਾ ਕੀ ਫਾਇਦਾ? ਦੱਸੋ, ਮੈਨੂੰ ਕਹਿੰਦੇ ਐ ਨਾ ਕਰਿਆ ਕਰ, ਤੂੰ ਡਿੱਗ ਜਾਏਗਾ ਕੱਲ ਨੂੰ, ਉਹ ਤਾਂ ਹੁਣ ਜਿਹੜਾ ਚੜੂਗਾ ਡਿੱਗੂਗਾ ਤਾਂ ਹੈਗਾ ਹੀ, ਜ਼ਿੰਦਗੀ ਝੰਡਾ ਕਿਹਦਾ ਬੁਲੰਦ ਰਿਹਾ। ਮਾਂ ਬਾਈ, ਕੱਲ੍ਹ ਦਾ ਤਾਂ ਆਪਾਂ ਨੂੰ ਪਤਾ ਨਹੀਂ, ਅੱਜ ਤਾਂ ਅਸੀਂ ਐਂ ਕਰਾਂਗੇ, 2-4 ਦੀ ਧੌਣ ਚ ਕਿੱਲਾ ਸੀ ਉਹ ਤਾਂ ਕੱਢਤਾ, 1-2 ਰਹਿ ਗਏ। ਵਾਹਿਗੁਰੂ ਨੇ ਸਾਂਝ ਸਾਹ ਬਖਸ਼ੇ, ਤਾਂ ਦੇਖੀ ਚੱਲੇ ਅਗਲੇ ਸਾਲ ਕੀ ਬਣਦਾ। ਹੁਣ ਹੱਥ ਖੜੇ ਕਰਕੇ ਉੱਤੇ ਨੂੰ ਆ ਜਾਓ, ਠੀਕ ਹੈ ਜੀ। ਸਾਡੇ ਬਹੰਗੂ ਸਾਡੀ ਆਈ ਲੈ ਕੇ ਸਰਕਾਰਾਂ ਨੇ